ਤੁਸੀਂ ਵੇਖ ਰਹੇ ਜੇ ਕਿ ਅੱਜ ਪਠਾਨਕੋਟ ਟ੍ਰੇਨ ਜਿਹੜੀ ਆ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ, ਇਹਦੇ ਵਿੱਚ ਕੀ ਫਾਲਟ ਪਿਆ ਆ ਆਪਾਂ ਲੋਕਾਂ ਨਾਲ ਗੱਲਬਾਤ ਕਰਕੇ ਵੀ ਵੇਖਦੇ ਹਾਂ, ਔਰ ਟ੍ਰੇਨ ਵਾਲੇ ਜੋ ਇਹਦੇ ਵਿੱਚ ਇਹਦੇ ਡਰਾਈਵਰ ਨੇ ਉਹਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਉਹਨਾਂ ਨੂੰ ਇੱਥੇ ਕੀ ਗੱਲ ਰੁਕਾਵਟ ਕਿਉਂ ਪਈ ਆ। ਆਓ ਅਸੀਂ ਗੱਲਬਾਤ ਕਰਦੇ ਹਾਂ। ਕਿੱਥੇ ਆ ਰਹੇ, ਕਿੱਥੇ ਜਾ ਰਹੇ ਤੁਸੀਂ? ਮੇਰੇ ਦਰਬਾਰ ਸਾਹਿਬ ਜਾ ਰਹੇ ਹਾਂ ਅਸੀਂ। ਕਿੱਥੋਂ ਆਏ ਤੁਸੀਂ? ਗੁਰਦਾਸਪੁਰ ਤੋਂ। ਅੱਛਾ, ਇਹ ਟ੍ਰੇਨ ਨੂੰ ਕੀ ਗੱਲ ਹੋਈ ਵੀਰੇ? ਪਟਰੀ ਦਾ ਜਿਹੜਾ ਉਹ ਬਿਲਡਿੰਗ ਜੀ ਉਹਦੀ ਲਾਈਨ ਦੇ ਪਿੱਛੇ ਫਰਕ ਪੈ ਗਿਆ ਇਹਦੇ ਵਿੱਚ। ਅੱਛਾ, ਹਾਂਜੀ, ਲਾਈਨ ਫਰਕ ਪੈ ਗਿਆ। ਹਾਂਜੀ, ਇਹ ਸਵੇਰੇ ਵੀ ਟ੍ਰੇਨ ਆਈ, ਉਹ ਵੀ ਲੰਘ ਗਈ। ਖੈਰ, ਤੇ ਡਰਾਈਵਰ ਨੇ ਕਿਹਾ ਕਿ ਨਹੀਂ ਲੰਘ ਨਹੀਂ ਸਕਦੀ ਅੱਗੇ? ਨਹੀਂ, ਡਰਾਈਵਰ ਨੇ ਪਹਿਲਾਂ ਤਾਂ ਗੱਡੀ ਲੰਘ ਗਈ ਉੱਪਰੋਂ ਦੀ, ਹੁਣ ਗਾਰਡ ਨੇ ਆ ਕੇ ਦੇਖਿਆ ਵੀ। ਤੁਸੀਂ ਕਿੱਥੇ ਜਾ ਰਹੇ ਬਈ? ਅਸੀਂ ਦਰਬਾਰ ਸਾਹਿਬ ਜਾ ਰਹੇ ਹਾਂ। ਅੱਛਾ, ਪੜ੍ਹਦੇ ਨਹੀਂ ਤੁਸੀਂ? ਨਹੀਂ ਨਹੀਂ, ਆਪਾਂ ਤਾਂ ਦਰਬਾਰ ਸਾਹਿਬ ਜਾ ਰਹੇ ਹਾਂ। ਤੇ ਉਹ ਅੱਛਾ ਅੱਛਾ ਸਾਰੀ ਦਰਬਾਰ ਸਾਹਿਬ ਜਾ ਰਹੇ ਹਾਂ। ਚਲੋ, ਕੀ ਕਹੋਗੇ ਟ੍ਰੇਨ ਬਾਰੇ ਜਾਂ ਸਾਡੇ ਸਿਸਟਮ ਬਾਰੇ ਕੀ ਕਹੋਗੇ? ਇਹਦੇ ਬਾਰੇ ਕਹਾਂਗੇ ਵੀ ਸਿਸਟਮ ਸਾਡਾ ਬਹੁਤ ਖਰਾਬ ਆ ਜੀ, ਖਰਾਬ ਆ, ਕਿਉਂਕਿ ਉਹ ਪਹਿਲਾਂ ਵੀ ਟ੍ਰੇਨਾਂ ਦੋ ਲੰਘ ਗਈਆਂ ਇੱਥੋਂ, ਟਿਕਟ ਲੈ ਕੇ ਆਏ ਆ ਅਸੀਂ ਬਕਾਇਦਾ, ਤੇ ਹੁਣ ਮੰਨ ਲਓ ਕਿ ਕੋਈ ਚੱਕਰ ਪੈ ਜਾਂਦਾ ਤੇ ਇਹ ਵੀ ਉਹ ਸੱਦਾ ਸੀ, ਤੇ ਵੈਸੇ ਗਲਤ ਆ ਥੋੜਾ। ਓਕੇ, ਤੇ ਤੁਹਾਨੂੰ ਪਤਾ ਹੀ ਸਾਡੇ ਪੰਜਾਬ ਦਾ ਸਿਸਟਮ। ਚਲੋ, ਕੈਪਟਨ ਦੀ ਸਰਕਾਰ, ਕੈਪਟਨ ਸਰਕਾਰ ਆ। ਹਾਂਜੀ, ਇਹ ਜਿਹੜਾ ਰੇਲਵੇ ਮਹਿਕਮਾ ਹੈ, ਸੈਂਟਰ ਦਾ ਮਹਿਕਮਾ, ਇਹ ਕੈਪਟਨ ਦਾ ਮਹਿਕਮਾ ਨਹੀਂ, ਫਿਰ ਵੀ ਹੈ ਤੇ ਪੰਜਾਬ ਪਿੰਡ ਦੇ ਪੰਜਾਬ ਦਾ ਹੀ ਹੈ ਨਾ। ਓਕੇ, ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆ ਕੀ ਗੱਲ ਹੋ ਗਈ ਇੱਥੇ? ਇਹ ਭਾਈ ਟ੍ਰੇਨ ਇੱਥੋਂ ਪਟਰੀ ਟੁੱਟ ਗਈ ਜੀ। ਅੱਛਾ, ਟ੍ਰੇਨ ਲੰਘਾ ਕਰਨ ਪਿੱਛੋਂ ਕਿ ਅੱਗੋਂ? ਅੱਗੋਂ ਜੀ, ਅੱਗੋਂ। ਅੱਛਾ, ਹੁਣ ਤਾਂ ਅੱਗੇ ਲੰਘਾਈ ਨਹੀਂ ਆ। ਹਾਂਜੀ, ਤੁਸੀਂ ਕਿੱਥੇ ਜਾ ਰਹੇ ਸੀ? ਅਸੀਂ ਅੰਮ੍ਰਿਤਸਰ ਜਾ ਰਹੇ ਹਾਂ ਜੀ, ਦਰਬਾਰ ਸਾਹਿਬ ਜੀ। ਅੱਛਾ, ਪਿੱਛੋਂ ਕਿੱਥੋਂ ਆ ਰਹੇ? ਗੁਰਦਾਸਪੁਰ ਤੋਂ। ਗੁਰਦਾਸਪੁਰ ਤੋਂ ਆ ਰਹੇ, ਪੜ੍ਹਦੇ ਤੁਸੀਂ? ਹਾਂਜੀ। ਸਿੰਘ ਸਾਹਿਬ ਤੁਸੀਂ? ਖਾਲਸਾ ਹੋਵੇ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਇਹ ਬਾਈ ਪੱਟੀ ਟੁੱਟ ਗਈ ਗਾ। ਪੱਟੀ ਟੁੱਟ ਗਈ। ਹਾਂਜੀ ਹਾਂਜੀ। ਕਿੱਥੇ ਜਾ ਰਹੇ ਸੀ? ਅਜੇ ਦਰਬਾਰ ਸਾਹਿਬ ਜਾਣ ਡੇ। ਦਰਬਾਰ ਸਾਹਿਬ? ਹਾਂਜੀ ਹਾਂਜੀ, ਸਾਰੀ ਸੰਗਤ ਦਰਬਾਰ ਸਾਹਿਬ ਜਾ ਰਹੀ ਹੈ। ਸਾਰੇ ਵੀਰ ਭਰਾ ਦਰਬਾਰ ਸਾਹਿਬ, 4-5 ਜਾਣੇ ਦਰਬਾਰ ਸਾਹਿਬ, ਜਾਣੀ ਵਾ ਦਰਬਾਰ ਸਾਹਿਬ ਜਾਣੇ। ਸਿਸਟਮ ਬਾਰੇ ਕੀ ਕਹੋਗੇ? ਇਹ ਸਿਸਟਮ ਬਾਰੇ ਕਿ ਇਹ ਬਹੁਤ ਗਲਤ ਹੈ, ਧਿਆਨ ਦੇਣਾ ਜਗ੍ਹਾ ਨੂੰ, ਮਤਲਬ ਪਟਰੀ ਬਾਰੇ ਵੇਖਣ ਜੋਖਣ। ਅਜੇ ਤੈਨੂੰ ਇਹਦੀ ਸਪੀਡ ਵਧਣੀ ਆ, ਕਿਉਂਕਿ ਇਹ ਇਲੈਕਟ੍ਰੋਨਿਕ ਹੋ ਰਹੀ ਆ ਔਰ ਇਹਦੀ ਸਪੀਡ ਹੋਰ ਜ਼ਿਆਦਾ ਹੋ ਜਾਣੀ ਆ, ਪਰ ਕੀ ਲੱਗਦਾ ਫਿਰ ਤੁਹਾਨੂੰ? ਡਰ ਨਹੀਂ ਆਉਂਦਾ ਤੁਹਾਨੂੰ? ਇਹ ਡਰ ਤਾਂ ਹੁੰਦਾ, ਖਤਰਾ ਹੀ ਆ ਹਿਸਾਬ ਦਾ। ਇਹ ਸਵੇਰੇ ਜੇ ਖਤਰਾ ਬਾਈ ਚਾਂਸ ਖਤਰਾ ਹੋ ਜਾਂਦਾ, ਜੇ ਨਾ ਪਤਾ ਲੱਗਦਾ ਤਾਂ ਬਾਅਦ 'ਚੋਂ ਮਾੜਾ ਹੀ ਹਾਲ ਹੋਣਾ ਨਹੀਂ ਸਕਦਾ। ਧੰਨਵਾਦ ਜੀ। ਆ ਸਾਰੇ ਵੀ ਟ੍ਰੇਨ ਤੋਂ ਉਤਰ ਕੇ ਖੜੇ ਆ, ਕੀ ਗੱਲ ਹੋਈ ਇੱਥੇ ਵੀਰੇ? ਵੀਰ ਜੀ, ਪਟਰੀ ਕਹਿੰਦੇ ਟੁੱਟ ਚੁੱਕੀ ਆ ਅਗਲੀ ਸਾਈਡ ਤੋਂ। ਅੱਛਾ, ਕਿਸੇ ਨੇ ਜਾਣ ਬੁੱਝ ਕੇ ਸ਼ਤਾਨੀ ਕੀਤੀ ਦੀ ਆ। ਅਸੀਂ ਡੇਲੀ ਪੈਸੰਜਰ ਆ, ਅਸੀਂ ਜੋਬ ਕਰਦੇ ਅੰਮ੍ਰਿਤਸਰ, ਡੇਲੀ ਆਉਂਦੇ ਹਾਂ, ਅਸੀਂ ਬਹੁਤ ਮਤਲਬ ਤਕਲੀਫ ਚੱਲ ਰਹੇ ਹਾਂ। ਸ਼ਤਾਨੀ ਮਤਲਬ ਮੈਂ ਸਮਝਿਆ ਤੁਹਾਡੀ ਗੱਲ? ਕਿਸੇ ਨੇ ਨਾ ਕਟਰ ਦੇ ਨਾਲ ਕੱਟੀ ਦੀ ਪਟਰੀ। ਉਹੀ ਕਹਿਣ ਦਾ ਮਤਲਬ ਹੈ ਕਿ ਇਹ ਜੋ ਰੇਲ ਆ ਇਹ ਬਹੁਤ ਸਟਰੋਂਗ ਹੁੰਦੀ ਆ, ਇਹ ਆਮ ਛੋਟਾ ਕੋਈ ਵੀ ਮਤਲਬ ਮਾੜੀ ਮੋਟਾ ਬੰਦਾ ਉਹ ਸ਼ਤਾਨੀ ਨਹੀਂ ਕਰ ਸਕਦਾ, ਕੋਈ ਪ੍ਰੀ ਪਲਾਂਟ ਹੋਵੇ ਤਾਂ ਇਹੋ ਜਿਹੀ ਵੱਡੀ ਏਡੀ ਵੱਡੀ ਸ਼ਤਾਨੀ ਹੁੰਦੀ ਹੈ ਕਿ ਨਹੀਂ? ਤਾਂ ਤੁਸੀਂ ਕੀ ਕਹੋਗੇ? ਤੁਸੀਂ ਸਹੀ ਕਹਿ ਰਹੇ ਹੋ, ਇਹ ਚੰਗੇ ਭਲੇ ਕਿਸੇ ਬੰਦੇ ਦੀ ਸ਼ਰਾਰਤ ਹੈ, ਅਤੇ ਇਹ ਪਟਰੀ ਬਹੁਤ ਸਟਰੋਂਗ ਹੁੰਦੀ ਹੈ, ਇਹ ਕਿਸੇ ਮਤਲਬ ਕਿ ਕਟਰ ਵਗੈਰਾ ਨਾਲ ਚੰਗੇ ਮਜ਼ਬੂਤ ਨਾਲ ਕੱਟੀ ਗਈ ਹੈ, ਇਹ ਕਿਸੇ ਜਾਣ ਬੁੱਝ ਕੇ ਸ਼ਤਾਨੀ ਕੀਤੀ ਗਈ ਹੈ, ਅੱਗੇ ਪਤਾ ਨਹੀਂ ਵੈਸੇ ਕਿੰਨੇ। ਚਲੇ ਕਿੱਥੇ ਹੋ? ਅਸੀਂ ਹੋਸਪਿਟਲ ਜੋਬ ਕਰਦੇ ਹਾਂ, ਆਪਾਂ ਮਤਲਬ ਕਿ ਧਾਰੀਵਾਲ ਤੋਂ ਡੇਲੀ ਪੈਸੰਜਰ ਹੈਗੇ ਹਾਂ ਅੰਮ੍ਰਿਤਸਰ, ਅਸੀਂ EMC ਹੋਸਪਿਟਲ ਜੋਬ ਕਰਦੇ ਹਾਂ ਸਟਾਫ ਦੀ। ਅਤੇ ਇਹ ਸਿਸਟਮ ਬਾਰੇ ਤੁਸੀਂ ਕੀ ਗੌਰਮੈਂਟ ਨੂੰ ਕਹਿਣਾ ਚਾਹੁੰਦੇ? ਗੌਰਮੈਂਟ ਨੂੰ ਦੇਖ ਰਹੇ ਆਪ ਵੀ ਮਤਲਬ ਕਿ ਇਹ ਹੋਣਾ ਚਾਹੀਦਾ ਵਾ ਵੀ ਕਾਰਵਾਈ ਜੋ ਵੀ ਆ, ਕਾਫੀ ਤਕਲੀਫ ਹੋ ਰਹੀ ਹੈ ਲੋਕਾਂ ਨੂੰ ਇੱਥੇ। ਗੌਰਮੈਂਟ ਇਹੋ ਜਿਹਾ ਸਿਸਟਮ ਹੋਣਾ ਚਾਹੀਦਾ, ਰੇਲ ਪਹਿਲਾਂ ਚੈੱਕ ਕਰ ਦਿਆ ਕਰੇ, ਇੱਕ ਅੱਧਾ ਪਹਿਲਾਂ ਹਾਂਜੀ ਹਾਂਜੀ ਅਮਲਾ ਫੈਲਾ ਹੋਵੇ, ਜਿਹੜਾ ਕਿ ਇਹ ਰੇਲ ਪਹਿਲਾਂ ਇਨਕੁਆਇਰੀ ਹੋਣੀ ਚਾਹੀਦੀ ਰੇਲ ਦੀ, ਇਨਕੁਆਇਰੀ ਨਹੀਂ ਵੇਖਦਾ ਰਿਹਾ ਕਰੇ ਕਿ ਇਹ ਰੇਲ ਠੀਕ ਹੈ ਜਾਂ। ਹਾਂਜੀ ਹਾਂਜੀ, ਬਾਕੀ ਤਾਂ ਯਾਤਰੀਆਂ ਦਾ ਨੁਕਸਾਨ ਨਾ ਹੋਵੇ। ਹਾਂਜੀ, ਨਾਲੇ ਇਸ ਕਰਕੇ ਯਾਤਰੀ ਕਾਫੀ ਤਕਲੀਫ 'ਚ ਆ ਹੁਣ ਇਸ ਟਾਈਮ। ਹਾਂਜੀ,
ਇਹ ਵੇਖੋ ਤੁਸੀਂ ਸਵੇਰੇ ਕੋ 8 ਵਜੇ ਦੇ ਬਾਅਦ ਦਾ ਟਾਈਮ ਆ, ਔਰ ਇਸ ਵੇਲੇ ਟ੍ਰੇਨ ਵੀ ਬਿਲਕੁਲ ਵੇਖੋ ਸਾਰੀ ਖੜ੍ਹੀ ਆ। ਖੜ੍ਹੀ ਹੋਣ ਦੇ ਕਾਰਨ ਕੀ ਆ, ਇਹ ਸਾਰੇ ਯਾਤਰੂਆਂ ਨਾਲ ਮੈਂ ਤੁਹਾਡੀ ਗੱਲਬਾਤ ਕਰਵਾ ਲਈ ਆ। ਹੁਣ ਮੈਂ ਹੁਣ ਇੱਥੋਂ ਜੋ ਇਹ ਡਰਾਈਵਰ ਅਮਲਾ ਫੈਲਾ, ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਅਤੇ ਇਹ ਕਿਉਂ ਹੋਇਆ, ਇਹ ਮੈਂ ਸਾਰੀ ਗੱਲਬਾਤ ਤੁਰਨਾ ਕਰਕੇ ਦੱਸਦਾ। ਸੋ ਆਪਾਂ ਵੇਖ ਰਹੇ ਹਾਂ ਕਿ ਟ੍ਰੇਨ ਰੁਕੀ ਕਿਉਂ, ਇਹਦਾ ਕਾਰਨ ਕੀ ਆ। ਹਾਲੇ ਡਰਾਈਵਰ ਤਾਂ ਅੰਦਰ ਚਲਾ ਗਿਆ, ਤੁਸੀਂ ਉਹ ਵੇਖਿਆ ਉਹ ਅੰਦਰ ਗਿਆ, ਪਰ ਇੱਥੇ ਕਾਫੀ ਜਨਤਾ ਖੜ੍ਹੀ ਹੈ ਜੋ ਕਿ ਵਿੱਚ ਪੈਸੰਜਰ ਸੀ। ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਵੇਖਦੇ ਹਾਂ ਕਿ ਵੀਰ ਜੀ ਆਹ ਜਿਹੜਾ ਜੋੜ ਆ ਇਹਦੇ ਕਰਕੇ ਰੁਕੀ ਹੈ ਸਾਰੀ? ਹਾਂਜੀ ਵਿੱਚ ਇਸੇ ਕਰਕੇ ਜੀ। ਹਾਂਜੀ ਹਾਂਜੀ ਇਸੇ ਕਰਕੇ ਜੀ, ਰੇਲਵੇ ਟਰੈਕ ਕਰੈਕ ਹੋ ਗਿਆ ਨਾ, ਇਸ ਕਰਕੇ ਗੱਡੀ ਰੁਕੀ ਗਈ। ਇਹ ਜਿਹੜਾ ਇੰਨਾ ਹੀ ਸੀ ਪਹਿਲਾਂ ਕਿ ਵੱਡਾ ਸੀ? ਹਾਂਜੀ ਇੰਨਾ ਹੀ ਪਹਿਲਾਂ ਜੀ। ਇਹ ਹੁਣ ਕਿਸ ਤਰ੍ਹਾਂ ਜੋੜ ਲਾਇਆ ਫਿਰ ਇਹਨਾਂ ਨੇ? ਸਰ ਉਹਨਾਂ ਕਲੰਪ ਲੈ ਕੇ ਤੇ ਉਹਨੂੰ ਜੁਆਇੰਟ ਕਰਤਾ, ਪੱਕਾ ਕੀਤਾ ਜੀ, ਕਲੰਪ ਲਾ ਕੇ ਜੁਆਇੰਟ ਪੱਕਾ ਕਰਤਾ। ਹਾਂਜੀ ਹਾਂਜੀ, ਹੁਣ ਟ੍ਰੇਨ ਲੰਘ ਸਕਦੀ ਆ? ਹਾਂਜੀ ਲੰਘ ਸਕਦੀ ਹੈ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਟ੍ਰੇਨ ਬਾਰੇ? ਅਸੀਂ ਇਹ ਕਹਿੰਦੇ ਪਰੇਸ਼ਾਨ ਹੋਣੇ ਸੀ, ਕੰਮ ਤੇ ਜਾਣਾ ਆ ਜੀ, ਸਾਰੇ ਦੇ ਦਿਹਾੜੀਦਾਰ, ਕੋਈ ਟੈਂਪੂ ਵੀ ਕਈਆਂ ਕੋਲ ਪੈਸੇ ਥੋੜੇ ਹੁੰਦੇ, ਉਹ ਹਿਸਾਬ ਨਾਲ ਘਰੋਂ ਤੁਰਦੇ ਦਿਹਾੜੀਦਾਰ ਬੰਦੇ। ਸਰਕਾਰ ਨੂੰ ਉਸਲੇ ਗੱਡੀ ਕੋਲਣੀ ਚਾਹੀਦੀ, ਪਿੰਡ ਵੱਡੀ ਗੱਡੀ ਤੇ ਭੇਜਣੀ ਚਾਹੀਦੀ, ਪਰ ਇਹ ਵੀ ਜਾ ਸਕਦੀ ਆ, ਪਰ ਉਹ ਡਰਾਈਵਰ ਸਾਹਿਬ ਕਹਿੰਦੇ ਲਿਖ ਕੇ ਦਿਓ ਬਸ। ਨਹੀਂ ਇਸ ਤੋਂ ਪਹਿਲਾਂ ਇਹ ਪਤਾ ਕਿਸ ਤਰ੍ਹਾਂ ਲੱਗਾ ਡਰਾਈਵਰ ਨੂੰ? ਉਹਨੇ ਸਵੇਰੇ ਆਇਆ ਕਾਣਾ ਮੈਨ, ਉਹਨੂੰ ਪਤਾ ਲੱਗਾ ਸਾਰਾ, ਚਾਬੀ ਮੈਨ ਜਿਹੜਾ ਹੁੰਦਾ ਸਵੇਰੇ, ਚਾਬੀ ਮੈਨ ਦੱਸਿਆ ਚਾਬੀ, ਬਾਕੀ ਗੱਡੀਆਂ ਸਵੇਰ ਦੀਆਂ ਸਾਰੀਆਂ ਲੰਘਦੀਆਂ ਪਈਆਂ ਸੀ, ਇਹ 7 ਵਜੇ ਤੋਂ ਬਾਅਦ ਪਤਾ ਲੱਗਾ। 7 ਬਾਕੀ ਗੱਡੀਆਂ ਲੰਘ ਗਈਆਂ ਆ? ਹਾਂ ਲੰਘ ਗਈਆਂ ਸਾਰੀਆਂ, ਪਤਾ ਲੱਗਣ ਤੋਂ ਬਾਅਦ ਉਸੇ ਵੇਲੇ ਰੋਕ ਦਿੱਤੀ ਗਈ, ਰੋਕ ਦਿੱਤੀ ਗਈ ਆ। ਸੋ ਤੁਸੀਂ ਵੇਖ ਰਹੇ ਹੋ ਜੀ ਸਾਰੇ ਕਿ ਇਹ ਬੜਾ ਵੱਡਾ ਹਾਦਸਾ ਵੀ ਹੋ ਸਕਦਾ ਸੀ, ਕਿਉਂਕਿ ਇਹ ਜੋ ਗੈਪ ਤੁਹਾਨੂੰ ਮੈਂ ਦਿਖਾ ਰਿਹਾ, ਇਹ ਗੈਪ ਇਸ ਤੋਂ ਕਿਤੇ ਜ਼ਿਆਦਾ ਸੀ। ਹੁਣ ਇਹਨਾਂ ਨੇ ਕਲੰਪ ਲੈ ਕੇ ਸਾਰਾ ਕੁਝ ਸਿਸਟਮ ਹੁੰਦਾ ਹੈ ਟ੍ਰੇਨ ਦੇ ਵਿੱਚ, ਔਰ ਉਹ ਤਾਂ ਇਹ ਜਿਹੜਾ ਜੋੜਾ ਵੇਖੋ ਤੁਸੀਂ ਸਾਫ਼ ਦਿਖਾਈ ਦੇ ਰਿਹਾ, ਬਿਲਕੁਲ ਆਹ ਵੇਖੋ ਕੱਟਿਆ ਹੋਇਆ, ਇਹ ਕਿਸੇ ਨੇ ਕੱਟਿਆ ਸੀ, ਪਰ ਇਹਨਾਂ ਨੇ ਹੁਣ ਡਰਾਈਵਰ ਨੇ ਬਹੁਤ ਇੱਦਾਂ ਹੋ ਜਾਂਦਾ ਆ, ਠੰਡ ਦੇ ਵਿੱਚ ਟੁੱਟ ਵੀ ਸਕਦਾ ਆ, ਜ਼ਰੂਰੀ ਨਹੀਂ ਗਾ ਕਿਸੇ ਨੇ ਕੱਟਿਆ, ਠੰਡ ਦੇ ਵਿੱਚ ਹੀ ਟੁੱਟ ਸਕਦਾ, ਸੁੰਗੜ ਸੁੰਗੜ ਜਾਂਦੀ ਹੈ, ਕਿਉਂਕਿ ਜਿਹੜਾ ਲੋਹਾ ਹੁੰਦਾ ਬਚਪਨ ਦੇ ਵਿੱਚ ਸਾਰੇ ਸਕੂਲਾਂ ਦੀਆਂ ਛੋਟੀਆਂ ਕਿਤਾਬਾਂ 'ਚ ਅਸੀਂ ਪੜ੍ਹਿਆ ਹੁੰਦਾ ਕਿ ਜਿਹੜਾ ਲੋਹਾ ਉਹ ਸਿਆਲ ਦੇ ਵਿੱਚ ਸੁੰਗੜਦਾ ਆ, ਉਹ ਗਰਮੀਆਂ ਦੇ ਵਿੱਚ ਫੈਲਦਾ ਆ। ਸੋ ਇਹ ਹੋ ਸਕਦਾ ਆ ਕਿ ਇਹ ਸਰਦੀ ਦੇ ਕਰਕੇ ਥੋੜ੍ਹਾ ਜਿਹਾ ਇਹ ਇੱਥੋਂ ਸੁੰਗੜ ਗਿਆ, ਤਾਂ ਇਹਦਾ ਫਰਕ ਪੈ ਗਿਆ, ਗੈਪ ਪੈ ਗਿਆ ਆ। ਉਹ ਗੱਲਬਾਤ ਕਰਦੇ ਹਾਂ ਡਰਾਈਵਰ ਦੇ ਨਾਲ, ਗੱਲਬਾਤ ਕਰਕੇ ਵੇਖਦੇ ਹਾਂ। ਸੋ ਮੇਰੇ ਨਾਲ ਇਸ ਵੇਲੇ ਟਰੈਕਮੈਨ ਖੜ੍ਹੇ ਨੇ, ਔਰ ਉਹਨਾਂ ਨਾਲ ਕਿਉਂਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਾ ਪਹਿਲਾਂ ਸਭ ਤੋਂ ਵੀਰੇ, ਠੀਕ ਹੈ ਇਹਨਾਂ ਨਾਲ ਗੱਲਬਾਤ ਕਰਦੇ ਵੀਰੇ ਕੀ ਹੋਇਆ ਕੀ ਸੀ ਇਹ? ਮੈਨੂੰ ਭਾਈ ਫੋਨ ਆਇਆ ਭਾਈ ਇੱਥੇ ਰੇਲ ਟੁੱਟ ਗਈ ਆ, ਅਤੇ ਹੈਲਪ ਵਾਸਤੇ ਆ, ਤਾਂ ਮੈਂ ਗਿਆ ਆਇਆ ਬਸ। ਰੇਲ ਟੁੱਟ ਗਈ, ਰੇਲ ਬਣ ਗਈ ਹੁਣ? ਹਾਂਜੀ ਆਪਾਂ ਜੋੜਾ ਬੰਨਤਾ ਵਾ, ਇੱਥੇ ਜੋੜਾ ਬੰਨ ਦਿੱਤਾ ਆ ਔਰ ਜੋੜ ਲੱਗ ਗਿਆ, ਹੁਣ ਰੇਲ ਚੱਲ ਸਕਦੀ ਹੁਣ? ਹਾਂਜੀ। ਸੋ ਤੁਸੀਂ ਵੇਖਿਆ ਕਿ ਡਰਾਈਵਰ ਇਸ ਵੇਲੇ ਕਹਿੰਦਾ ਕਿ ਨਹੀਂ ਵੀਰ ਜੀ ਮੈਂ ਕੁਛ ਨਹੀਂ ਕਹਿਣਾ, ਔਰ ਮੈਂ ਮਤਲਬ ਟ੍ਰੇਨ ਲੈ ਕੇ ਜਾਣਾ, ਯਾਤਰੂ ਲੇਟ ਹੋ ਰਹੇ ਆ, ਔਰ ਉਹ ਇਸ ਕਰਕੇ ਉਹ ਬੋਲਦੇ ਨਹੀਂ ਆ। ਔਰ ਤੁਸੀਂ ਵੇਖ ਰਹੇ ਜੀ ਕਿ ਟ੍ਰੇਨ ਜਿਹੜੀ ਇਸ ਵੇਲੇ ਹੁਣ ਉਹਦੀ ਰਿਪੇਅਰ ਹੋ ਗਈ ਆ, ਔਰ ਰਿਪੇਅਰ ਹੋਣ ਦੇ ਨਾਲ ਉਹ ਜਿਹੜੀ ਟ੍ਰੇਨ ਉਹ ਲੈ ਕੇ ਜਾ ਰਹੇ ਆ। ਪਰ ਕਾਫੀ ਯਾਤਰੂ ਜੋ ਤੁਸੀਂ ਵੇਖਿਆ ਆ ਕਿ ਕਾਫੀ ਯਾਤਰੂ ਉਹ ਇਸ ਵੇਲੇ ਜਿਹੜੇ ਆ ਉਹ ਟੈਂਪੂਆਂ ਥਾਣੀ ਟੈਂਪੂ ਕਾਫੀ ਇਸ ਪਿੰਡ ਦੇ ਵਿੱਚ ਆ ਗਏ ਸੀ, ਔਰ ਟੈਂਪੂ ਜਿਹੜੇ ਹੈਗੇ ਉਹ ਆਪਣੀਆਂ ਸਵਾਰੀਆਂ ਲੈ ਗਏ ਆ। ਇਹ ਇਸ ਵੇਲੇ ਤੁਸੀਂ ਵੇਖ ਰਹੇ ਜੇ ਜਿਹੜੀ ਟ੍ਰੇਨ ਆ ਇਹ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ, ਹੁਣ ਉਹ ਫਾਲਟ ਜਿਹੜਾ ਉਹ ਦੂਰ ਕਰ ਦਿੱਤਾ ਗਿਆ ਆ, ਔਰ ਫਾਲਟ ਦੂਰ ਕਰਨ ਵਾਲੇ ਤੁਸੀਂ ਵੇਖ ਲਿਆ ਕਿ ਸਾਰਾ ਹੁਣ ਟ੍ਰੇਨ ਚੱਲ ਰਹੀ ਆ, ਔਰ ਪੈਸੰਜਰ ਵੀ ਸਾਰੇ ਤਕਰੀਬਨ ਵਿੱਚ ਬਹਿ ਗਏ ਆ। ਅਖੀਰ ਦੇ ਵਿੱਚ ਗੱਲ ਜੇ ਨਿਕਲੀ ਆ ਕਿ ਉਹਨਾਂ ਨੇ ਕਿਹਾ ਆ ਜੋ ਹੈਗੇ ਸੀ ਮਕੈਨਿਕ ਹੈਗਾ ਕਿ ਇਹ ਕਿਸੇ ਨੇ ਸ਼ਰਾਰਤ ਕੋਈ ਨਹੀਂ ਕੀਤੀ, ਇਹ ਸ਼ਰਾਰਤ ਨਹੀਂ, ਸਰਦੀਆਂ ਦੇ ਵਿੱਚ ਇਹ ਇਸ ਤਰ੍ਹਾਂ ਹੀ ਹੋ ਜਾਂਦਾ ਆ, ਕਿਤੇ ਨਾ ਕਿਤੇ ਇਹ ਸੁੰਗੜ ਕੇ ਤਾਂ ਇਸ ਤਰ੍ਹਾਂ ਹੋ ਜਾਂਦਾ, ਗੈਪ ਵਿੱਚ ਬਹੁਤ ਜ਼ਿਆਦਾ ਚਲਾ ਜਾਂਦਾ ਆ, ਔਰ ਜੋ ਸਾਡੇ ਇਹਦੇ 'ਤੇ ਪਹਿਲਾਂ ਮੁਲਾਜ਼ਮ ਚੱਲਦੇ ਆ ਉਹ ਸਾਨੂੰ ਉਹਨੇ ਸੂਚਿਤ ਕੀਤਾ, ਔਰ ਇਹ ਟ੍ਰੇਨ ਜਿਹੜੀ ਤਾਂ ਅਸੀਂ ਰੋਕੀ ਸੀ, ਹੁਣ ਉਹ ਸਾਰਾ ਟਰੈਕ ਜਿਹੜਾ ਉਹ ਸਹੀ ਕਰ ਦਿੱਤਾ ਗਿਆ, ਔਰ ਟ੍ਰੇਨ ਲੈ ਕੇ ਜਾ ਰਹੇ ਹਾਂ। ਮੈਂ ਵਜੀਤ ਸਿੰਘ,
ਕੈਮਰਾਮੈਨ ਹਰਿੰਦਰ ਵਿਰਕਾ ਦੇ ਨਾਲ ਆਵਾਜ਼ੇ ਕੌਮ ਟੀਵੀ।